ਦੇਖੋ CBSE ਬੋਰਡ ਆ ਜਿਹੜਾ, ਉਹ ਇੱਕ ਬੋਰਡ ਜ਼ਰੂਰ ਤੁਸੀਂ ਕਹਿ ਸਕਦੇ ਹੋ ਦੇਸ਼ ਦਾ ਇੱਕ ਆ, ਪਰ ਐਜੂਕੇਸ਼ਨ ਜਿਹੜਾ CBSE ਬੋਰਡ ਆ ਉਹ ਕਿਸੇ ਸਕੂਲ ਨੂੰ ਇਹ ਥੋੜ੍ਹੀ ਕਹਿੰਦਾ ਵੀ ਤੁਸੀਂ ਇੰਨੀ ਫੀਸ ਲੈਣੀ ਆ। ਉਹ ਤਾਂ ਇੱਕ 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 ਉਹਨਾਂ ਦੀਆਂ ਬੁੱਕ ਕਿਤਾਬਾਂ ਇੱਕ ਕੋਰ ਇਹ ਆ ਵੀ ਆਹ ਆਹ ਜਿਹੜੀ ਆ ਕਲਾਸ ਨੂੰ ਆਹ ਪੜ੍ਹਾਈ ਹੋਏਗੀ। ਮੈਂ ਉਹੀ ਬਈ ਇਹ ਤਾਂ ਨਹੀਂ ਕਹਿ ਰਹੇ ਵੀ ਇਹ ਤਾਂ ਜਿਹੜਾ ਜਿਹੜਾ ਵੀ ਆਫਿਸਰ ਆ ਉਰੇ ਜਿਹੜਾ ਡਿਸਟ੍ਰਿਕਟ ਦਾ ਆਫਿਸਰ ਹੁੰਦਾ ਐਜੂਕੇਸ਼ਨ ਆਫਿਸਰ, ਉਹਦੇ ਉਹਨੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਦਾ ਸਿਸਟਮ ਉਰੇ ਚੱਲ ਰਿਹਾ। ਇਹਦੇ ਵਿੱਚ ਜ਼ਰੂਰ ਸਰਕਾਰ ਆ ਜਿਹੜੀ ਜਾਂ ਉਰੇ ਦੇ ਕੁਛ ਲੋਕ ਆ ਜਿਹੜੇ ਉਹ ਰਲੇ ਹੋਣਗੇ ਜਿੱਥੋਂ ਇੱਕ ਦੁਕਾਨ ਤੋਂ ਜਿਹੜਾ ਉਹ ਕਿਤਾਬਾਂ ਦਵਾ ਰਹੇ ਆ। ਦੇਖੋ ਇੱਕ ਚੀਜ਼ ਨਾ ਇੱਕ ਜੁੜੀ ਹੋਈ ਆ, ਕੜੀ ਨਾ ਕੜੀ ਜੁੜੀ ਹੋਈ ਆ। ਜਿਵੇਂ ਐ ਇੱਕ ਇੱਕ ਵਿੱਚੋਂ DT ਇੱਕ ਕੱਢ ਲਓ ਸਟੈਪ ਤੇ ਉਹ ਸਾਰਾ ਬਿਲਡਿੰਗ ਢਹਿ ਢੇਰੀ ਹੋ ਜਾਂਦੀ ਹੈ। ਉਸ ਤਰੀਕੇ ਨਾਲ ਇਸ ਵੇਲੇ ਉਹ ਸਾਰਾ ਸਿਸਟਮ ਆ ਜਿਹੜਾ ਉਹ ਦਿੱਲੀ ਅਤੇ ਪੰਜਾਬ ਦਾ ਕਲੈਪਸ ਹੋ ਗਿਆ, ਉਹਨੂੰ ਚਾਹੇ ਤੁਸੀਂ ਕੋਈ ਲਾ ਲਓ। ਹੁਣ ਤੁਸੀਂ ਆਪ ਦੇਖਿਆ ਯਾਰ, ਇਹ ਐਜੂਕੇਸ਼ਨ ਦੀ ਗੱਲ ਕਰਨਗੇ, ਅੱਜ ਪੰਜਾਬ ਦੇ ਵਿੱਚ ਠੇਕਿਆਂ ਦੀਆਂ ਬੋਲੀਆਂ ਹੋਈਆਂ, ਤੁਹਾਡੇ ਕੋਲ ਕਿੰਨੀਆਂ ਸ਼ਿਕਾਇਤਾਂ ਆਈਆਂ ਹੋਣੀਆਂ, ਮੀਡੀਆ ਵਾਲੇ ਵੀ ਮੁਹੱਲੇ ਵਾਲਿਆਂ ਨੇ ਸੱਦਿਆ ਹੋਣਾ, ਪੇਰੈਂਟਸ ਨੇ ਸੱਦਿਆ ਹੋਣਾ, ਸਕੂਲ ਦੇ ਬਾਹਰ ਠੇਕੇ, ਹਰ ਮੁਹੱਲੇ ਦੇ ਬਾਹਰ ਠੇਕੇ। ਇਸ ਕਰਕੇ ਇਹ ਤਾਂ ਨਵਾਂ ਕੰਮ ਹੋ ਗਿਆ, ਇਹ ਕਦੇ ਦੇਖਿਆ ਸੀ? ਇਹ ਤਾਂ ਸਾਰਾ ਸਿਸਟਮ ਹੀ ਜਿਹੜਾ ਉਹ ਕਲੈਪਸ ਹੋ ਗਿਆ ਦੋਨੋਂ ਜਗ੍ਹਾ। ਦੇਖੋ ਅੱਜ ਚਲੋ ਇਹ ਉਹਨਾਂ ਦਾ ਫੈਸਲਾ, ਪਰ ਆਹ BJP ਤੁਹਾਡੇ ਮੂਹਰੇ ਬੈਠੀ ਆ, ਇਹ ਸਭ ਨੂੰ ਸਿੱਖਿਆ ਦਿੰਦੇ ਸੀ ਵੀ ਜੇ ਕਿਸੇ ਨੂੰ FIR ਵੀ ਕਿਸੇ ਦਰਜ ਹੋਊਗੀ, ਕੇਸ ਵੀ ਕਿਸੇ ਦੇ ਦਰਜ ਹੋ ਗਿਆ, ਉਹ ਓਨਾ ਚਿਰ ਆਪਣੇ ਅਹੁਦੇ 'ਤੇ ਨਹੀਂ ਰਹੇਗਾ। ਪਹਿਲਾਂ ਕੋਰਟ 'ਚੋਂ ਕੇਸ ਕਲੀਅਰ ਹੋਏਗਾ, ਫਿਰ ਕੋਈ ਅਹੁਦੇ 'ਤੇ ਜਾਏਗਾ, ਕਿਉਂਕਿ ਉਸ ਵੇਲੇ ਬੜੇ ਮੰਤਰੀ ਸਟੇਟਸ ਦੇ ਜਾਂ ਕਿਤੇ ਹੋਰ ਜਿਹੜੇ ਸੀ ਕਿਤੇ ਕੇਸ ਹੋ ਜਾਂਦੇ ਸੀ, ਕਹਿੰਦੇ ਸੀ ਨਹੀਂ ਇਹ ਗਲਤ ਗੱਲ ਆ। ਪਰ ਜਦੋਂ ਅੱਜ ਉਸ ਵੇਲੇ ਅੱਜ ਆਧਾਰਨ ਲਾਲੂ ਪ੍ਰਸ਼ਾਦ ਯਾਦਵ ਜੀ ਦਾ ਅਤੇ ਰਾਬੜੀ ਦੇਵੀ ਦਾ ਦਿੰਦੇ ਸੀ ਵੀ ਦੇਖੋ ਲਾਲੂ ਜੇਲ੍ਹ 'ਚ ਚਲਿਆ ਗਿਆ, ਆਪਣੀ ਵਾਈਫ ਨੂੰ ਕੁਰਸੀ 'ਤੇ ਬਿਠਾ ਗਿਆ, ਅੱਜ ਦੇਖੋ ਪਰਮਾਤਮਾ ਉਹ ਰੰਗ। ਜਿਹੜੇ ਬੰਦੇ ਅੰਦਰੋਂ ਕਾਲੇ ਨੇ ਨਾ, ਅੱਜ ਜਦੋਂ ਕੇਜਰੀਵਾਲ ਸਾਹਿਬ ਆਪ ਜੇਲ੍ਹ 'ਚ ਗਏ ਨੇ, ਅੱਜ ਮੁੱਖ ਮੰਤਰੀ ਬਣੇ ਵੀ ਨਹੀਂ, ਪਰ ਕੁਰਸੀ 'ਤੇ ਕੌਣ ਬੈਠਦਾ ਹੈ? ਮਿਸਿਸ ਕੇਜਰੀਵਾਲ। ਅੱਜ ਰੈਲੀਆਂ 'ਚ ਕੌਣ ਜਾਂਦਾ, ਸੰਬੋਧਨ ਕੌਣ ਕਰਦਾ? ਮਿਸਿਸ ਕੇਜਰੀਵਾਲ। ਅਤੇ ਸਾਰਾ ਹੀ ਪਟਾਕਾ ਪੈ ਗਿਆ, ਇਕੱਲੀ ਟਿਊਬ ਨਹੀਂ ਫਟੀ, ਨਾਲ ਟਾਇਰ ਵੀ ਫਟ ਗਿਆ, ਜਿਵੇਂ ਬਰੂਦੇ ਹੀ ਉੱਡ ਜਾਂਦੇ ਹੁੰਦੇ ਨਾ। ਹਰ ਗੱਲ ਲੋਕਾਂ ਦੇ ਮੂਹਰੇ ਆ ਗਈ, ਹਰ ਚੀਜ਼ ਲੋਕਾਂ ਦੇ ਮੂਹਰੇ ਆ ਗਈ ਵੀ ਕਹਿਣੀ ਅਤੇ ਕਥਣੀ ਦਾ ਫਰਕ ਕੀ ਆ। ਆਹ ਜਿਹੜੇ ਨੇ ਲੋਕਾਂ ਦੇ ਮੂਹਰੇ, ਆ ਭਰਦਵਾਜ ਸਾਹਿਬ ਵਰਗੇ ਜਦੋਂ ਮੀਡੀਆ ਦੇ ਮੂਹਰੇ ਬਹਿੰਦੇ ਆ ਤਾਂ ਅੰਸੂ ਟਪਕਦੇ ਆ, CM ਸਾਹਿਬ ਜੇ ਰੈਲੀ ਕਰਦੇ ਆ ਤਾਂ ਅੰਸੂ ਟਪਕਦੇ ਆ। ਅਰੇ ਬਾਈ, ਕਹਿਣੀ ਅਤੇ ਕਥਣੀ 'ਚ ਐਡਾ ਵੱਡਾ ਫਰਕ! ਤੁਹਾਡੇ ਆਪ ਦੇ MLA ਰੋਜ਼ ਤੁਹਾਨੂੰ ਕਹਿ ਰਹੇ ਆ, ਤੁਹਾਡੇ ਮੰਤਰੀ ਆਪ ਛੱਡ ਜਾ ਰਹੇ ਆ ਵੀ ਇਹ ਕਰਪਟ ਆਪ, ਅਤੇ ਤੁਹਾਡੇ MP ਨੇ ਜਿਹੜੇ ਉਹ ਕਈ ਕਹਿ ਰਹੇ ਆ ਵੀ ਨਾ ਨਾ ਨਾ, ਅਸੀਂ ਕੋਈ ਆਮ ਆਦਮੀ ਦੇ MP ਨਹੀਂ। ਕਈ MP ਨੇ ਜਿਹੜੇ ਉਹ ਛੱਡ ਕੇ, ਤੁਸੀਂ ਅੰਦਾਜ਼ਾ ਲਾਓ ਜੇ ਇਹ ਚੋਰ ਨਹੀਂ ਗਏ, ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਜਨਰਲ ਸੈਕਟਰੀ ਜਿਹੜਾ ਪੰਜਾਬ ਦੀਆਂ ਇਲੈਕਸ਼ਨਾਂ ਕਰਾਉਂਦਾ ਸੀ, ਦਿੱਲੀ ਦੇ ਵਿੱਚ ਉਹ ਲੀਡਰ ਸੀ, ਓਪੋਜੀਸ਼ਨ ਪਾਰਟੀਆਂ ਦੇ ਵਿੱਚ ਜਦੋਂ ਬਹਿੰਦਾ ਸੀ ਤਾਂ ਉਹ ਵਿਪ ਬਣ ਕੇ ਬਹਿੰਦਾ ਸੀ,
ਤੇ ਅੱਜ ਉਹ ਮੈਂਬਰ ਪਾਰਲੀਮੈਂਟ ਆ ਜਿਹੜਾ ਉਹ ਵਿਦੇਸ਼ ਤੋਂ ਹੀ ਨਹੀਂ ਮੁੜਿਆ। ਤੁਸੀਂ ਹਾਲਾਤ ਤੁਸੀਂ ਦੇਖੋ ਨਾ ਵੀ ਹੋ ਕੀ ਗਿਆ। ਜੇ ਉਹ ਸੱਚਾ ਹੈ, ਜੇ ਉਹ ਇਮਾਨਦਾਰ ਆ ਮੈਂਬਰ ਪਾਰਲੀਮੈਂਟ, ਅੱਜ ਉਹਦੀ ਪੰਜਾਬ ਦੀ ਕੋਠੀ ਆ ਜਿਹੜੀ ਸਭ ਤੋਂ ਵੱਡੀ ਦਿੱਤੀ ਆ ਉਹ ਉਡੀਕ ਰਹੀ ਆ। ਜਿਹੜਾ 100 ਗਨਮੈਨ ਕਮਾਂਡੋ ਦਿੱਤਾ ਹੈ ਉਹਨੂੰ, ਉਹ ਅੱਜ ਏਅਰਪੋਰਟ 'ਤੇ ਉਡੀਕ ਰਿਹਾ ਵੀ ਜਹਾਜ਼ ਆਊਗਾ ਕਦੇ ਉਤਰੂਗਾ ਸਾਡਾ ਸਾਹਿਬ। ਉਹਨੂੰ ਗੱਡੀਆਂ ਦਾ ਕਾਫਲਾ ਜਿਹੜਾ ਉਹ ਰੋਜ਼ ਉਡੀਕ ਰਿਹਾ ਹੈ। ਇਸ ਕਰਕੇ ਇਹ ਤਾਂ ਗੱਡੀਆਂ ਤੋਂ ਆਲਟੋ ਤੋਂ ਸਿੱਧਾ ਜਹਾਜ਼ਾਂ 'ਚ, ਜਹਾਜ਼ਾਂ ਤੋਂ ਸਿੱਧਾ ਵਿਦੇਸ਼। ਅਜੇ ਬਾਕੀ ਹੋਰ ਵੀ ਕਈ ਭੱਜਣੇ ਆ, ਤੁਸੀਂ ਦੇਖਿਓ ਆ ਇਲੈਕਸ਼ਨ ਦੇ ਵਿੱਚ ਵਿੱਚ ਹੀ ਨਿਕਲ ਜਾਣੇ। ਉਹ ਤਾਂ ਚਲੋ ਉਹਨਾਂ ਦੀ ਪਾਰਟੀ ਦਾ ਮਸਲਾ ਨਾ ਜੀ। ਮੌਸਮ ਜਿਹੜਾ ਕਲਾਈਮੇਟ ਆ ਉਹ ਬੜਾ ਇਹ ਮੇਜਰ ਰੋਲ ਪਲੇ ਕਰ ਰਿਹਾ। ਇੱਕ ਇਸ ਵੇਲੇ ਜਿਹੜਾ ਸੀਜ਼ਨ ਆ ਇਹ ਜ਼ਰੂਰ ਇਹ ਆਉਣੀ ਹੀ ਸੀਗੀ, ਕਿਉਂਕਿ ਹਰ ਜਗ੍ਹਾ ਜਿਹੜਾ ਸੀਜ਼ਨ ਆ ਉਹ ਜਿਹੜਾ ਖੇਤੀ ਜਿਹੜੇ ਕਰਦੇ ਆ, ਖੇਤੀ ਪ੍ਰਧਾਨ ਦੇਸ਼ ਆ ਸਾਡਾ, ਅਤੇ ਖੇਤੀ ਦੀ ਕਣਕ ਦਾ ਸਾਡੇ ਵੀ ਇਸ ਵੇਲੇ ਤੁਹਾਨੂੰ ਪਤਾ ਮੰਡੀਆਂ 'ਚ ਇਹ ਸੀਜ਼ਨ ਆ, ਕੁਛ ਗਰਮੀ ਕੁਛ ਜਿਹੜਾ ਇਹ ਕਟਾਈ ਦਾ ਸੀਜ਼ਨ ਆ ਜਿਹਦੇ ਕਰਕੇ ਇਹ ਡਿਪ ਕੀਤੀ ਆ ਥੋੜ੍ਹੀ ਪਰਸੈਂਟੇਜ, ਪਰ ਇਹ ਹੁੰਦੀ ਰਹਿੰਦੀ ਆ। ਟੋਟਲ ਪਰਸੈਂਟੇਜ ਜਦੋਂ ਆਏਗੀ ਦੇਸ਼ ਦੀ ਉਹ ਅਲੱਗ ਨੰਬਰ ਹੋਣਗੇ ਜਦੋਂ 7 ਪੜਾਅ ਪੂਰੇ ਹੋ ਜਾਣਗੇ। ਸਰ ਲਗਾਤਾਰ ਕਹਿ ਰਹੇ ਨੇ ਉਹ, ਕਹਿੰਦੇ ਕਿ ਪੰਜਾਬ ਦੇ ਵਿੱਚ ਸਿਰਫ ਅਕਾਲੀ ਦਲ ਤੇ ਕਾਂਗਰਸ ਦਾ ਮੁਕਾਬਲਾ ਹੈ, ਜਦੋਂ ਕਿ ਤੀਜੇ ਤੇ ਚੌਥੇ ਨੰਬਰ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਲੜ ਰਹੀ ਹੈ, ਕਿਦਾਂ ਦੇਖਦੇ ਹੋ ਬਿਆਨ ਨੂੰ? ਚਲੋ ਸੁਖਵੀਰ ਬਾਦਲ ਸਾਹਿਬ ਦਾ ਅੱਜ ਤੱਕ ਤਾਂ ਕੋਈ ਬਿਆਨ ਕੋਈ ਸੀਰੀਅਸ ਲੈਂਦਾ ਨਹੀਂਗਾ, ਤੁਸੀਂ ਕਿਉਂ ਸੀਰੀਅਸ ਲੈਣ ਲੱਗ ਗਏ? ਸਰ ਕਿਸਾਨਾਂ ਦਾ ਜਿਹੜਾ ਧਰਨਾ ਲੱਗਿਆ ਹੋਇਆ ਸਰ, ਉਹ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ, ਔਰ ਜਿਹੜੇ ਬਿਜ਼ਨਸਮੈਨ ਆ ਉਹ ਕਹਿੰਦੇ ਸਾਡਾ ਸਮਾਨ ਜਿਹੜਾ ਉਹ ਰੇਲਵੇ ਸਟੇਸ਼ਨ ਤੇ ਰੁੱਲਿਆ, ਬਿਜ਼ਨਸ ਪ੍ਰਭਾਵਿਤ ਹੋ ਰਿਹਾ। ਅੱਜ ਸਾਰੀਆਂ ਪਾਰਟੀਆਂ ਨੂੰ ਇੱਕ ਗੱਲ ਕਹਿਣੀ ਪਈ ਆ। ਅੱਜ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਵੀ ਕਹਿਣੀ ਪਈ, ਅੱਜ ਹੋਰ ਪਾਰਟੀਆਂ ਨੂੰ ਵੀ ਕਹਿਣੀ ਪਈ ਵੀ ਬਿਲਕੁਲ ਕਿਸਾਨ 100% ਆਪਣੇ ਹੱਕਾਂ ਲਈ ਐਜੀਟੇਸ਼ਨ ਕਰ ਸਕਦੇ ਆ, ਜਿਹੜਾ ਕਿ ਅਧਿਕਾਰ ਆ ਉਹਨਾਂ ਕੋਲ। ਪਰ ਜਦੋਂ ਇਹ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਇਹਦੇ ਨਾਲ ਸਰਕਾਰਾਂ 'ਤੇ ਅਸਰ ਪਵੇ ਨਾ ਪਵੇ, ਪਰ ਜਿਹੜੇ ਲੋਕ ਨੇ ਯਾਰ ਰੋਜ਼ ਇਹਦੇ ਲੋਕਾਂ ਦੇ ਵਿੱਚ ਜਿਹੜੀਆਂ ਆਪਣੀਆਂ ਗੁੱਡਸ ਟ੍ਰੇਨ ਨੇ ਜਿਹਦੇ ਵਿੱਚ ਵਪਾਰ ਹੁੰਦਾ ਹੈ, ਜਿਹਦੇ ਵਿੱਚ ਕਾਰੋਬਾਰ ਹੁੰਦਾ ਹੈ, ਉਹ ਛੋਟੇ ਛੋਟੇ ਵਪਾਰੀ ਤੋਂ ਲੈ ਕੇ ਵੱਡੇ ਵਪਾਰੀ ਤੱਕ, ਸੇਲਸਮੈਨ ਤੱਕ, ਉਹ ਪ੍ਰਭਾਵਿਤ ਹੋ ਰਹੇ ਆ। ਬਹੁਤ ਲੋਕਾਂ ਨੇ ਵੱਡੇ ਵੱਡੇ ਡਿਸਟੈਂਸ ਤੈਅ ਕਰਕੇ ਆਪਣੇ ਕਿਸੇ ਦੇ ਵਿਆਹ 'ਤੇ ਜਾਣਾ ਹੁੰਦਾ, ਕਿਸੇ ਦੇ ਕੋਈ ਡੈਥ ਹੋ ਜਾਂਦੀ ਆ ਉਹਦੇ ਸੰਸਕਾਰ 'ਤੇ ਪਹੁੰਚਣਾ ਹੁੰਦਾ, ਕਿਸੇ ਨੇ ਭੋਗ 'ਤੇ ਪਹੁੰਚਣਾ ਹੁੰਦਾ, ਕਿਸੇ ਨੇ ਬੱਚਿਆਂ ਨੂੰ ਛੁੱਟੀਆਂ 'ਚ ਆਪਣੇ ਉਹਨਾਂ ਨੂੰ ਕਿਤੇ ਸੈਰ ਕਮਾਉਣ ਜਾਣਾ ਪੈਂਦਾ ਹੈ। ਅਤੇ ਵਿਰੋਧ ਕਰਨ ਦੇ ਬੜੇ ਤਰੀਕੇ ਨੇ, ਪਰ ਅਸੀਂ ਕੋਈ ਸਲਾਹ ਨਹੀਂ ਦੇ ਸਕਦੇ। ਪਰ ਹਾਂ, ਜਿਹੜੀ ਤੁਸੀਂ ਗੱਲ ਕਹੀ ਆ ਇਹ ਲੋਕ ਜ਼ਰੂਰ ਕਹਿ ਰਹੇ ਆ, ਲੋਕ ਇਹਦੇ ਨਾਲ ਬਹੁਤ ਪ੍ਰਭਾਵਿਤ 100% ਹੋ ਰਹੇ ਆ। ਨਹੀਂ 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 ਇਹ ਬਿਲਕੁਲ ਠੀਕ ਆ ਗੱਲ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਟ੍ਰੇਨਾਂ ਚੱਲਦੀਆਂ ਏ, ਉੱਥੋਂ ਅਲੱਗ ਵਪਾਰ ਆ, ਜਲੰਧਰ ਆ ਜਾਂਦਾ ਸਪੋਰਟਸ ਦਾ ਵਪਾਰ ਆ, ਸਾਡੇ ਲੁਧਿਆਣੇ 'ਚ ਤਾਂ ਅਨੇਕੋ ਹੀ, ਕੋਈ ਐਸੀ ਗੱਲ ਹੀ ਹੈ ਨਹੀਂ ਕਿ ਜਿਹੜੀ ਸੂਈ ਤੋਂ ਲੈ ਕੇ ਜਹਾਜ਼ ਦੇ ਨਟ ਬੋਲਟ ਨਾ ਬਣਦੇ ਹੁਣ ਉਰੇ। ਬਿਲਕੁਲ ਇਹਦਾ ਅਸਰ ਹੈਗਾ ਏ, ਮੈਂ ਹੱਥ ਜੋੜ ਕੇ ਇਹ ਗੱਲ ਕਹੂੰਗਾ ਜਥੇਬੰਦੀਆਂ ਨੂੰ, ਬਿਲਕੁਲ ਉਹ ਵਿਰੋਧ ਕਰਨ, ਬਿਲਕੁਲ ਉਹ ਜਵਾਬ ਮੰਗਣ, ਪਰ ਜ਼ਰੂਰ, ਕਿਉਂਕਿ ਆਪਸੀ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਆ। ਕਿਸੇ ਨੂੰ ਦੂਜੇ ਵਰਗ ਨੂੰ ਇਹ ਨਾ ਲੱਗੇ ਯਾਰ ਵੀ ਸਾਡਾ ਨੁਕਸਾਨ ਕਿਸਾਨਾਂ ਕਰਕੇ ਹੋ ਰਿਹਾ, ਕਿਉਂਕਿ ਇਹ ਲੋਕ ਜਿਹੜੇ ਨੇ ਜਿਹੜੇ ਕੰਮ ਕਰਨ ਵਾਲੇ ਆ, ਜਦੋਂ ਵੀ ਕਿਸਾਨਾਂ ਦਾ ਧਰਨਾ ਲੱਗਦਾ ਉਹ ਆਪਣੇ ਵੱਲੋਂ ਜੋ ਵੀ ਯੋਗਦਾਨ ਆ, ਚਾਹੇ ਉਹ ਛੋਟਾ ਵਪਾਰੀ ਹੋਵੇ, ਚਾਹੇ ਉਹ ਦੁਕਾਨਦਾਰ ਹੋਵੇ,
ਹਰ ਆਪਣੇ ਵੱਲੋਂ ਯੋਗਦਾਨ ਪਾ ਕੇ ਆਉਂਦੇ ਆ, ਅਤੇ ਇਸ ਕਰਕੇ ਜ਼ਰੂਰ ਕਿਸਾਨਾਂ ਨੂੰ ਬਹਿ ਕੇ ਕਿਸਾਨ ਜਥੇਬੰਦੀਆਂ ਨੂੰ ਅਤੇ ਜਿਹੜੀਆਂ ਸਾਡੀਆਂ ਵਪਾਰ ਦੀਆਂ ਜਥੇਬੰਦੀਆਂ ਹੈ ਉਹਨਾਂ ਨੂੰ ਬਹਿ ਕੇ ਜ਼ਰੂਰ ਇਸ ਮਸਲੇ ਵੱਲ ਹੱਲ ਕਰਨਾ ਚਾਹੀਦਾ, ਕਿਉਂਕਿ ਆਪਸੀ ਭਾਈਚਾਰਾ, ਜੇ ਗੌਰਮੈਂਟ ਕੋਈ ਗੱਲ ਕਰੇਗੀ ਤਾਂ ਉਹ ਫਿਰ ਇਹ ਲੱਗੇਗਾ ਵੀ ਗੌਰਮੈਂਟ ਕੋਈ ਪੁਲਿਸ ਧੱਕਾ ਕਰ ਰਹੀ ਹੈ, ਫੋਰਸਫੁਲੀ ਕੀਤਾ ਜਾ ਰਿਹਾ, ਉਹ ਨਹੀਂ ਹੋਣਾ ਚਾਹੀਦਾ। ਆਪਸੀ ਭਾਈਚਾਰਾ ਪਿਆ, ਉਹ ਗੌਰਮੈਂਟ ਨੇ ਜਿਹੜੀ ਆ ਵੀ ਪੰਜਾਬ ਸਰਕਾਰ ਆ ਉਹ ਭੱਜੀ ਹੋਈ ਆ, ਅੱਜ ਭਗੌੜੀ ਆ ਪੰਜਾਬ ਸਰਕਾਰ, ਜੇ ਮਾੜਾ ਜਿਹਾ ਵੀ ਉਹਨਾਂ 'ਚ ਕਾਣਾ ਅਤੇ ਆਪਸੀ ਬਹਿ ਕੇ ਆਪਸ ਵਿੱਚ ਪਿਆਰ ਬਣਾਉਣ। ਸਾਡੇ ਮੈਂ ਵੱਡੇ ਸੰਸਥਾਵਾਂ ਨੂੰ ਕਹੂੰਗਾ, ਜਿਹੜੀਆਂ ਸਾਡੀਆਂ ਧਾਰਮਿਕ ਸਾਡੇ ਸੰਤ ਮਹਾਂਪੁਰਸ਼ ਨੇ, ਉਹ ਇਸ ਗੱਲ 'ਚ ਅੱਗੇ ਆ ਕੇ ਆਉਣ ਵੀ ਕਿਸੇ ਦਾ ਵੀ ਨੁਕਸਾਨ ਨਾ ਹੋ, ਉਹ ਆ ਕੇ ਕਿਉਂਕਿ ਉਹਨਾਂ ਦੀ ਸਾਰੇ ਮੰਨਦੇ ਆ ਅਤੇ ਉਹਨਾਂ ਨੂੰ ਆ ਕੇ ਆਪਣੇ ਅਪੀਲ ਕਰਨੀ ਚਾਹੀਦੀ ਹੈ, ਬਹਿ ਕੇ ਗੱਲ ਜਿਹੜੀ ਨੇੜੇ ਲਾਉਣੀ ਚਾਹੀਦੀ। ਸਰ ਬਠਿੰਡਾ 'ਚ ਵੁਮੈਨ ਪੁਲਿਸ ਸਟੇਸ਼ਨ ਦੇ ਬਾਹਰ ਖਾਲਸਾ ਸਮਰਥਕ ਨਾਰੇ ਲਿਖੇ ਗਏ ਹੈ, ਕਾਫੀ ਸੈਂਸਿਟਿਵ ਏਰੀਆ ਹੈਗਾ, ਲਾਅ ਐਂਡ ਆਰਡਰ ਕਿਵੇਂ ਸਮਝਦੇ ਕਿਉਂਕਿ ਹਲੇ ਸੈਂਟਰ ਸਿਕਿਉਰਿਟੀ ਫੋਰਸਿਸ ਵੀ ਤੈਨਾਤ ਨੇ? ਦੇਖੋ ਇਹ ਤਾਂ ਕੋਈ ਵੀ ਕਰ ਸਕਦਾ, ਇਹ ਕੋਈ ਬੜੀ ਗੱਲ ਨਹੀਂ ਗੀ, ਨਾ ਕੋਈ ਬਹਾਦਰੀ ਦੀ ਗੱਲ ਆ, ਕੰਧ ਤੋਂ ਕਿਤੇ ਰਾਤ ਨੂੰ ਹਨੇਰੇ 'ਚ ਲਿਖ ਦਿਓ, ਅਤੇ ਇਸ ਕਰਕੇ ਇਹ ਬਾਹਰੋਂ ਸਿਰਫ ਚੰਦਾ ਆਉਂਦਾ, ਉਹ ਫੋਟੋ ਆ ਜਿਹੜੀ ਉਹਨਾਂ ਨੇ ਪੰਨੂ ਨੂੰ ਭੇਜਣੀ ਹੁੰਦੀ ਆ, ਉੱਥੋਂ $100-$200 ਆਉਣਾ ਹੁੰਦਾ, ਉਹਨਾਂ ਨੂੰ ਵੀ ਕਰ ਲੈਣ ਦਿਆ ਕਰੋ, ਕੋਈ ਗੱਲ ਨਹੀਂ, ਉਹਨਾਂ ਦਾ ਵਪਾਰ ਆ ਇਹ।